बिस्मिल्लाहिर्रहमानिर्रहीम, अस्सलाम वालेकुम। उम्मीद है कि तो सब लोग खैरियत ना होगी। अल्लाह पाक तुम सब लोग अपने कराने खुश रखे, शाद रखे, आबाद रखे, ते सुखी रखे। आमीन सुमा आमीन। अच्छा जी, 10 मुहर्रम है अज, ते 10 मुहर्रम च बाजी ने बनाए अज जरदा चावल, ते उन्हां दी रेसिपी तुहाडे नाल शेयर करन लई आं। बाजी ने सब तो पहले अ जिहड़ा चावल सी 1 घंटा भिगो दिते सी, पानी बॉयल होण लई रख दिता सीगा। जिन तक पानी बॉयल होएगा, ते तुहानू पता गैस दे इशूज़ भी चलदे पए ने, गैस चली जाँदी है, गैस दी टाइमिंग हुंदी है, ਅਤੇ ਇਸ ਲਈ ਉਹਨਾਂ ਨੇ ਥੋੜ੍ਹਾ ਜਲਦੀ ਰੱਖ ਲਿਆ ਸੀ ਪਾਣੀ, ਕਿ ਪਾਣੀ ਉਬਲ ਜਾਵੇ। ਪਾਣੀ ਬੋਇਲ ਹੋ ਚੁੱਕਿਆ ਸੀ, ਉਹਨਾਂ ਨੇ ਪਾਣੀ ਦੇ ਵਿੱਚ ਜ਼ਰਦਾ ਰੰਗ ਵੀ ਪਾ ਦਿੱਤਾ ਸੀਗਾ। ਉਸ ਤੋਂ ਬਾਅਦ ਉਹਨਾਂ ਨੇ ਪਾਣੀ ਉਬਲਦੇ ਪਾਣੀ ਦੇ ਵਿੱਚ ਜਿਹੜੇ ਚਾਵਲ ਭਿਗੋਏ ਹੋਏ ਸੀ 1 ਘੰਟਾ ਪਹਿਲੇ, ਉਹਨਾਂ ਨੇ ਉਹ ਵੀ ਉਹਦੇ ਵਿੱਚ ਐਡ ਕਰ ਦਿੱਤੇ ਸੀ। ਅਤੇ ਜਦੋਂ ਚਾਵਲ ਐਡ ਹੋ ਗਏ, ਅਤੇ ਆਹ ਦੇਖੋ ਜੀ, 1 ਕਿਲੋ ਚਾਵਲ ਸੀ, 1 ਕਿਲੋ ਜਿਹੜੀ ਸੀ ਨਾ ਚੀਨੀ ਸੀਗੀ, ਇਹ ਮਈਅਰਮੈਂਟ ਸੀ ਇਹਨਾਂ ਦੀ। ਅਤੇ ਜਦੋਂ ਪਾਣੀ 'ਚ ਚਾਵਲ ਜਿਹੜਾ ਨਾ 1 ਕਣੀ ਰਹਿ ਗਿਆ, ਉਹਨਾਂ ਨੇ ਚਾਵਲ ਦਾ ਪਾਣੀ ਨਿਕਾਲ ਦਿੱਤਾ ਸੀ। ਅਤੇ ਪਾਣੀ ਨਿਕਾਲ ਕੇ ਉਹਨਾਂ ਨੇ ਫਿਰ ਚਾਸ ਲਈ ਪਤੀਲਾ ਰੱਖਿਆ, ਉਸ 'ਚ ਚੀਨੀ ਪਾਈ, ਅਤੇ ਉਹਦੇ ਵਿੱਚ ਉਹਨਾਂ ਨੇ ਦੁੱਧ ਐਡ ਕੀਤਾ। ਉਹ ਦੁੱਧ ਵਿੱਚ ਚਾਸ ਬਣਾਉਂਦੇ ਨੇ, ਤਾਂ ਤੁਸੀਂ ਪਾਣੀ 'ਚ ਵੀ ਬਣਾ ਸਕਦੇ ਹੋ, ਤੁਸੀਂ ਵੈਸੇ ਵੀ ਚੀਨੀ ਉੱਤੇ ਪਾ ਸਕਦੇ ਹੋ। ਆਹ ਦੇਖੋ ਜੀ, ਚਾਸ ਤਕਰੀਬਨ ਰੈਡੀ ਹੋ ਚੁੱਕੀ ਹੈ, ਅਤੇ ਹੁਣ ਉਹਨਾਂ ਨੇ ਇਹਦੇ ਵਿੱਚ ਪਾਉਣਾ ਹੈ ਜੀ ਆਇਲ। ਆਇਲ ਇਹਦੇ ਵਿੱਚ ਐਡ ਕਰ ਦੇਣਗੇ ਉਹ। ਆਹ ਦੇਖੋ ਜੀ, ਉਹਨਾਂ ਨੇ ਇਹਦੇ ਵਿੱਚ, ਤੁਸੀਂ ਆਇਲ ਪਾ ਸਕਦੇ, ਤੁਸੀਂ ਘੀ ਪਾ ਸਕਦੇ ਹੋ, ਤੁਹਾਡੀ ਆਪਣੀ ਮਰਜ਼ੀ ਹੈ। ਆਹ ਦੇਖੋ, ਚਾਸ ਤਕਰੀਬਨ ਰੈਡੀ ਹੋ ਚੁੱਕੀ ਹੈ। ਹੁਣ ਉਹਨਾਂ ਨੇ ਇਹਦੇ ਵਿੱਚ ਐਡ ਕਰ ਲੈਣੇ ਆਪਣੇ ਚਾਵਲ ਜਿਹੜੇ ਉਹਨਾਂ ਨੇ ਬੋਇਲ ਕੀਤੇ ਹੋਏ ਸੀਗੇ। ਆਹ ਦੇਖੋ ਜੀ, ਉਹਨਾਂ ਦੇ ਵਿੱਚ ਚਾਵਲ ਐਡ ਕਰ ਦਿੱਤੇ, ਫਿਰ ਉਹਨਾਂ ਨੇ ਇਹਦੇ 'ਚ ਪਾ ਦਿੱਤਾ ਜੀ ਕਿਸ਼ਮਿਸ਼ ਅਤੇ ਖੋਪਰਾ। ਜ਼ਰਦਾ ਚਾਵਲ 'ਚ ਕਿਸ਼ਮਿਸ਼ ਅਤੇ ਖੋਪਰਾ ਨਾ ਹੋਵੇ ਤਾਂ ਮੈਂ ਕਹਿੰਦੀ ਹਾਂ ਮਜ਼ਾ ਹੀ ਨਹੀਂ ਆਉਂਦਾ। ਫਿਰ ਉਹਨਾਂ ਨੇ ਚਾਵਲਾਂ ਨੂੰ ਦਮ ਲਗਾ ਦਿੱਤਾ, ਅਤੇ ਦਮ ਲਗਾ ਕੇ ਫਿਰ ਕੁਛ ਉਹਨਾਂ ਦੇ ਮੁਹੱਲੇ 'ਚ ਬੱਚੀ ਆ ਗਈ ਕਿ ਜੀ ਅਸੀਂ ਪਿਆਲੇ ਵਗੈਰਾ ਭਰੇ ਨੇ, ਤੁਸੀਂ ਆ ਕੇ ਚੁੱਕਣੇ ਅਤੇ ਚੁੱਕ ਲਓ। ਅਤੇ ਮੈਂ ਤਾਂ ਫੌਰਨ ਤਿਆਰ ਹੋ ਗਈ, ਮੈਂ ਕਿਹਾ ਬਾਜੀ ਮੈਂ ਵੀ ਜਾਣਾ ਚੁੱਕਣ, ਅਤੇ ਬਾਜੀ ਦੇ ਨਾਲ ਮੈਂ ਵੀ ਚਲੀ ਗਈ। ਆਹ ਦੇਖੋ ਜੀ, ਉਹਨਾਂ ਦੇ ਘਰ ਗਏ, ਅਸੀਂ 4 ਪਿਆਲੇ ਲੈ ਕੇ ਆਏ, ਅਤੇ ਇੱਕ ਮੇਰਾ ਸੀ, ਇੱਕ ਮੇਰੀ ਸਿਸਟਰ ਨੇ ਲਾ ਦਾ ਸੀਗਾ, 2 ਹੋਰ ਸੀਗੇ। ਫਿਰ ਅਸੀਂ ਸਭ ਨੇ ਮਿਲ ਕੇ ਖਾਣਾ ਖਾਧਾ। ਦੇਖੋ, ਜ਼ਰਦਾ ਚਾਵਲ ਦੀ ਲੁੱਕ ਕਿੰਨੀ ਪਿਆਰੀ ਆਈ ਹੈ, ਨਾਲ ਬਿਰਿਆਨੀ ਵੀ ਸੀਗੀ, ਮਜ਼ੇਦਾਰ ਕਿਸਮ ਦੀ, ਬੜੀ ਟੇਸਟੀ ਅਤੇ ਬੜੀ ਲਜ਼ੀਜ਼ ਬਿਰਿਆਨੀ ਬਣੀ ਹੋਈ ਸੀਗੀ। ਕਿ ਆਹ ਦੇਖੋ, ਸਭ ਨੇ ਇੰਜੋਏ ਕੀਤਾ, ਸਾਰੇ ਫੈਮਿਲੀ ਮੈਂਬਰਸ ਨੇ ਬੈਠ ਕੇ ਖਾਣਾ ਖਾਧਾ, ਮਰਦ ਹਜ਼ਰਾਤ ਨੇ ਇੱਕ ਸਾਈਡ 'ਤੇ ਖਾਣਾ ਖਾਧਾ। ਆਹ ਦੇਖੋ, ਨਾਲ ਦਹੀਂ ਪਕੌੜੀਆਂ ਵਾਲਾ ਰਾਇਤਾ ਵੀ ਸੀਗਾ, ਅਤੇ ਬਹੁਤ ਹੀ ਡਿਲੀਸ਼ੀਅਸ ਖਾਣਾ ਸੀ, ਸਭ ਨੇ ਬਹੁਤ ਇੰਜੋਏ ਕੀਤਾ। ਅਤੇ ਫਿਰ ਬੱਚਿਆਂ ਦਾ ਪ੍ਰੋਗਰਾਮ ਬਣ ਗਿਆ ਜੀ, ਅਸੀਂ ਸ਼ਾਮ ਨੂੰ ਜਿਹੜਾ ਇਹਨਾਂ ਗੋਲ ਗੱਪਿਆਂ ਦਾ ਚੈਲੰਜ ਕਰਨਾ ਹੈ। ਅਤੇ ਸਾਨੂੰ ਬੱਚਾ ਕੋਈ ਪਿੰਡ 'ਚ ਲੱਭੇ ਨਾ ਜਿਹੜਾ ਕਹੇ ਕਿ ਅਸੀਂ ਵੀਡੀਓ ਨਹੀਂ ਬਣਾਉਣੀ ਬਈ। ਅੱਛਾ, ਫਿਰ ਅਸੀਂ ਬੜੇ ਬੱਚੇ ਲੱਭ 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 ਲਏ, ਇੱਕ ਬੱਚਾ ਤਿਆਰ ਹੋਇਆ ਜਿਹਨੂੰ ਅਸੀਂ ਲੈ ਕੇ ਆਏ ਵੀਡੀਓ ਲਈ ਹੈ। ਅਤੇ ਅਸੀਂ ਫਿਰ ਗੋਲਗੱਪਿਆਂ ਦੀ ਫਿਲਿੰਗ ਸਟਾਰਟ ਕੀਤੀ, ਗੋਲਗੱਪਿਆਂ ਦੀ ਫਿਲਿੰਗ ਸਟਾਰਟ ਕਰਕੇ, ਅਤੇ ਫਿਰ ਅਸੀਂ ਬੱਚਿਆਂ ਨੂੰ ਬਿਠਾਇਆ ਜੀ, ਹੁਣ ਤੁਸੀਂ ਬੈਠਣਾ ਹੈ ਅਤੇ ਤੁਸੀਂ ਇਸ ਤਰ੍ਹਾਂ ਕੰਪੀਟੀਸ਼ਨ ਕਰਨਾ ਹੈ ਵੀਡੀਓ ਦੇ ਵਿੱਚ। ਅਤੇ ਆਹ ਦੇਖੋ, ਬਾਜੀ ਸਾਰਿਆਂ ਨੇ ਮਿਲ ਕੇ ਨਾ ਹੈਲਪ ਕੀਤੀ, ਅਤੇ ਸਭ ਨੇ ਮਤਲਬ ਫਿਲਿੰਗ ਵਗੈਰਾ ਕੀਤੀ, ਬੜਾ ਇੰਜੋਏ ਕੀਤਾ ਬੱਚਿਆਂ ਨੇ ਇਸ ਚੀਜ਼ ਨੂੰ। ਅਤੇ ਅੱਛਾ ਜੀ, ਫਿਲਿੰਗ ਕੰਪਲੀਟ ਹੋ ਚੁੱਕੀ ਹੈ, ਬੱਚੇ ਵੀ ਆ ਚੁੱਕੇ ਨੇ, ਤਿਆਰ ਸ਼ਿਆਰ ਹੋ ਕੇ ਬੱਚੇ ਬਹਿ ਚੁੱਕੇ ਨੇ। ਅਤੇ ਇਹ ਬੱਚਾ ਸਾਨੂੰ ਪਿੰਡੋਂ ਲੱਭਾ ਹੈ ਜੀ, ਅਤੇ ਇਸ ਬੱਚੇ ਨਾਲ ਅਸੀਂ ਹੁਣ ਕੰਪੀਟੀਸ਼ਨ ਕਰਾਂਗੇ। ਬੱਚਿਆਂ ਨੇ ਟਾਈਮ ਉੱਪਰ ਕਰ ਦਿੱਤਾ ਸੀ, ਜਿਹੜਾ ਟਾਈਮ ਦਿੱਤਾ ਗਿਆ ਸੀ ਉਸ ਟਾਈਮ ਤੋਂ ਉੱਤੇ ਹੋ ਚੁੱਕਿਆ ਸੀ, ਲੇਕਿਨ ਛੋਟੇ ਬੱਚੇ ਸੀ, ਇਸ ਲਈ ਕੋਈ ਨਹੀਂ, ਅਸੀਂ ਮੈਨੇਜ ਕੀਤਾ। ਛੋਟਾ ਜਿਹਾ ਇਨਾਮ ਵੀ ਸੀ ਜਿਹੜਾ ਬੱਚਿਆਂ ਨੂੰ ਦੇਣਾ ਸੀ, ਬੱਚੇ ਖੁਸ਼ ਹੋ ਜਾਂਦਾ ਹੈ ਕਿ ਵੀ ਮੈਨੂੰ ਇਨਾਮ, ਭਾਵੇਂ ਛੋਟਾ ਹੋਵੇ ਬੜਾ ਹੋਵੇ, ਇਨਾਮ ਇਨਾਮ ਹੁੰਦਾ ਹੈ। ਅਤੇ ਮੈਂ ਬੱਚਿਆਂ ਦੀ ਸੈਟਿੰਗ ਕਰਨ ਲਈ ਸੀ ਕਿ ਬੱਚੇ ਸੈੱਟ ਹੋ ਕੇ ਬੈਠ ਜਾਣ ਅਤੇ ਕੰਪੀਟੀਸ਼ਨ ਸਟਾਰਟ ਕਰੀਏ। ਪਲੇਟ ਦੇ ਵਿੱਚ 12-12 ਗੋਲ ਗੱਪੇ ਨੇ। ਆਹ ਦੇਖੋ ਜੀ, ਇੱਕ ਬੱਚਾ ਸਾਨੂੰ ਪਿੰਡ 'ਚ ਲੱਭਾ ਹੈ ਅਤੇ ਬਾਕੀ ਸਾਰੇ ਬੱਚੇ ਆਪਣੇ ਨੇ। ਆਹ ਵੇਖੋ ਜੀ, ਇਹ ਦੋਨੋਂ ਬੱਚੀਆਂ ਛੋਟੀਆਂ, ਇਹਨਾਂ ਦੇ ਗੋਲ ਗੱਪੇ ਜਿਹੜੇ 6-6 ਨੇ, ਬਾਕੀ ਇਹਨਾਂ ਦੋਨਾਂ ਬੱਚਿਆਂ ਦੇ 12-12 ਨੇ। ਅਸੀਂ ਟਾਈਮਰ ਲਗਾ ਦਿੱਤਾ ਹੈ, ਚਲੋ ਜੀ, 1, 2, 3 ਸਟਾਰਟ।
ਹੱਸਣਾ ਨਹੀਂ ਹੈ। ਆਹ ਦੇਖੋ ਜੀ ਹੱਸੀ ਜਾਂਦੇ। ਆਇਸ਼ਾ ਨੂੰ ਕਿਆ ਹੋ ਗਿਆ ਬੇਟਾ, ਇਹ ਫਸ ਵੀ ਜਾਤੇ ਹੈ ਗਲੇ ਮੇਂ। ਸ਼ਾਬਾਸ਼, ਇਹ ਬੱਚਾ ਕੁਰਾਨ ਹਿਫਜ਼ ਕਰਨ ਡਿਆ ਮਾਸ਼ਾਅੱਲਾ। ਇਹਦੀ ਆਵਾਜ਼ ਵੀ ਬਹੁਤ ਅੱਛੀ ਹੈ, ਅਸੀਂ ਇਹਦੇ ਕੋਲ ਨਾਤ ਵੀ ਸੁਣਾਂਗੇ ਇਸ ਮੁਕਾਬਲੇ ਤੋਂ ਬਾਅਦ। ਵਾਹ ਜੀ ਵਾਹ, ਆਇਸ਼ਾ ਦੇ ਰਹਿ ਗਏ 3 ਦਾਨਿਆਲ। ਹੱਸਦੀਆਂ ਬੜੀਆਂ ਵੀ ਕੁੜੀਆਂ। ਜ਼ਬਰਦਸਤ, ਸ਼ਾਬਾਸ਼ ਨੂਰ, ਨੂਰ ਨੇ ਸਾਰੇ ਕੋਲੀ ਮੈਂ ਡਾਲੇ ਹੋਏ। ਸ਼ਾਬਾਸ਼ ਤਾਨਿਆਲ, ਵੀ ਜੀਤ ਰਹੇ ਹੈ। ਆਨੇ ਵਾਲ ਕੋ ਬੜਾ ਸ਼ੌਕ ਸੀ ਜੀ, ਮੈਂ ਕੰਪੀਟੀਸ਼ਨ ਮੈਂ ਜ਼ਰੂਰ ਜਾਣਾ। ਚਲੋ ਜੀ ਤੁਹਾਡੇ ਲਈ ਕਲੈਪਿੰਗ ਕਰਦੇ ਹਾਂ, ਤੁਸੀਂ ਦੋਨੋਂ ਜਿੱਤ ਗਈਆਂ। ਸ਼ਾਬਾਸ਼, ਵੈਰੀ ਗੁੱਡ, ਜੀਤ ਕੇ ਵੀ ਜੀਤ ਗਏ, ਗੁੱਡ ਗੁੱਡ ਗੁੱਡ। ਅੱਛਾ ਜੀ, ਅਦੀਲ ਨੇ ਕੰਪੀਟੀਸ਼ਨ ਜਿੱਤ ਲਿਆ, ਅਸੀਂ ਅਦੀਲ ਨੂੰ ਛੋਟਾ ਜਿਹਾ ਇਨਾਮ ਦੇਵਾਂਗੇ। ਅਦੀਲ ਯੇ ਨੇ ਬੇਟਾ, ਚਲੇ ਅਦੀਲ, ਅਬ ਆਪਣੀ ਆਵਾਜ਼ ਮੇਂ ਮੈਨੇ ਮੁਝੇ ਪਤਾ ਚਲਾ ਕਿ ਆਪਕੀ ਆਵਾਜ਼ ਬਹੁਤ ਅੱਛੀ ਹੈ, ਤੋ ਮੁਝੇ ਆਪ ਅੱਛੀ ਸੁਨਾਤ ਤੋਂ ਸੁਣਾਏ ਜ਼ਰਾ। ਸੋਨੇ ਸੇ ਕੰਕਰ ਵੋ ਚਾਂਦੀ ਸੀ ਮਾਟੀ ਨਜ਼ਰ ਮੇਂ ਬਸਾਨੇ।
ਕੋ ਦਿਲ ਚਾਹਤਾ ਹੈ ਵੋ ਸ਼ਹਿਰੇ ਮੁਹਾਬਤ ਜਹਾਂ ਮੁਸਤਫਾ ਹੈ ਵਹੀ ਘਰ ਬਨਾਨੇ ਕੋ ਦਿਲ ਚਾਹਤਾ ਹੈ। ਮਾਸ਼ਾਅੱਲਾ ਮਾਸ਼ਾਅੱਲਾ, ਬੱਚੇ ਦੀ ਬਹੁਤ ਪਿਆਰੀ ਆਵਾਜ਼ ਸੀਗੀ। ਅੱਲਾ ਬੱਚੇ ਨੂੰ ਹੋਰ ਕਾਮਯਾਬ ਕਰੇ। ਅਤੇ ਅੱਛਾ ਜੀ, ਅਸੀਂ ਹੁਣ ਜਲਦ ਸਾਨੇ ਹਾਂ, ਜਲਦ ਹਾਜ਼ਰ ਹੋਵਾਂਗੇ ਕੋਈ ਨਵੀਂ ਵੀਡੀਓ ਲੈ ਕੇ, ਇੱਕ ਨਵਾਂ ਵਲੌਗ ਲੈ ਕੇ। ਅੱਲਾ ਹਾਫਿਜ਼, ਰੱਬ ਰਾਖਾ।